ਭਾਨਾ ਸਿੱਧੂ ਦੀ ਰਿਹਾਈ ਹੋ ਗਈ, 50,000 ਦਾ ਬੌਂਡ ਭਰਿਆ ਗਿਆ, ਮੋਹਾਲੀ ਕੋਰਟ ਨੇ ਜ਼ਮਾਨਤ ਦੇ ਦਿੱਤੀ ਅਤੇ ਭਾਨਾ ਸਿੱਧੂ ਦੀ ਹੋ ਜਾਂਦੀ ਹੈ ਰਿਹਾਈ। ਹਾਲਾਂਕਿ ਬਾਕੀ ਪਰਚਿਆਂ ਦਾ ਕੀ ਬਣਨਾ, ਕੈਂਸਲ ਹੋਣਗੇ ਨਹੀਂ ਹੋਣਗੇ, ਬਾਅਦ ਦੀਆਂ ਗੱਲਾਂ ਨੇ। ਪਰ ਅੱਜ ਭਾਨਾ ਸਿੱਧੂ ਨੇ ਆਪਣੇ ਜੱਦੀ ਪਿੰਡ ਕੋਟ ਦੁੰਨਾ ਪਹੁੰਚ ਕੇ ਜਿਹੜਾ ਭਾਸ਼ਣ ਦਿੱਤਾ ਹੈ ਜਾਂ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ, ਉਹਦੇ ਵੀ ਕਈ ਮਾਇਨੇ ਕੱਢੇ ਜਾ ਰਹੇ ਆ ਕਿ ਕੁਝ ਨਹੀਂ ਹੁੰਦਾ ਇੱਕ ਬੰਦੇ ਨਾਲ। ਦੁਖ ਇਹਦੇ 'ਚ ਤਾਂ ਹੈ ਕਿ ਜਦੋਂ ਪੁਲਿਸ ਟੋਰਚਰ ਕਰਦੀ ਹੈਗੀ ਨਾ, ਉਦੋਂ ਪੁਲਿਸ ਵਾਲੇ ਭਾਵੇਂ ਸੌਵਾਂ ਕਾਲੇ, ਲੋਕ ਯਕੀਨ ਨਹੀਂ ਕਰਦੇ ਹੈਗੇ। ਔਰ ਲਾਜ਼ਮੀ ਤੌਰ 'ਤੇ ਦੇਖੋ ਕਿਹੜਾ ਬੰਦਾ ਆ ਕੇ ਕਹਿੰਦਾ ਹੈਗਾ ਕਿ ਮੈਨੂੰ ਇੰਨਾ ਜਲੀਲ ਕੀਤਾ ਗਿਆ, ਕੋਈ ਨਹੀਂ ਦੱਸਦਾ। ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਗਏ ਹੋਣਗੇ ਨਾ, ਨਹੀਂ ਬੋਲਦੇ ਨਾ, ਭਾਨਾ ਸਿੱਧੂ ਨੂੰ ਆ ਕੇ ਦੱਸਿਆ ਗਿਆ। ਹੁਣ ਭਾਨਾ ਸਿੱਧੂ 'ਤੇ ਲੋਕ ਯਕੀਨ ਕਰਦੇ ਕਿ ਨਹੀਂ ਕਰਦੇ ਹੈਗੇ, ਉਹ ਇੱਕ ਵੱਖਰੀ ਗੱਲ ਆ, ਕਿਉਂਕਿ ਉਸ ਤੋਂ ਪਹਿਲਾਂ ਲੱਖਾ ਸਦਾਣਾ ਵੀ ਕਹਿ ਚੁੱਕੇ ਨੇ। ਹਾਲਾਂਕਿ ਮੋਹਾਲੀ ਉਹਨੂੰ ਰੱਖਿਆ ਗਿਆ, ਪਟਿਆਲੇ ਰੱਖਿਆ ਗਿਆ, ਅਬੋਹਰ ਰੱਖਿਆ ਗਿਆ, ਪਰ ਲੁਧਿਆਣਾ ਪੁਲਿਸ ਨੇ ਸਪਸ਼ਟੀਕਰਨ ਵੀ ਦਿੱਤਾ ਸੀ। ਉਹਨਾਂ ਦੇ ਜਿਹੜੇ ਉੱਥੇ SP ਸੀ ਜਸਕੀਰਤ ਸਿੰਘ ਤੇਜਾ, ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤਾ ਸੀ ਕਿ ਇੱਦਾਂ ਦੀ ਕੋਈ ਗੱਲ ਨਹੀਂ, ਕੁੱਟਮਾਰ ਨਹੀਂ ਹੋਈ ਜਾਂ ਇੱਦਾਂ ਦਾ ਅਸੀਂ ਜਲੀਲ ਨਹੀਂ ਕੀਤਾ ਗਿਆ। ਪਰ ਉਹ ਕਹਿੰਦੇ ਕੀਤਾ, ਹੁਣ ਕਿਹੜੇ ਥਾਣੇ ਦੇ ਵਿੱਚ ਕੀਤਾ ਹੈਗਾ ਇੱਕ ਵੱਖਰੀ ਗੱਲ ਹੈਗੀ ਆ। ਪਰ ਇੱਕ ਇਹ ਕੌੜੀ ਸੱਚਾਈ ਤਾਂ ਹੈ ਕਿ ਜਦੋਂ ਪੁਲਿਸ ਤੁਹਾਨੂੰ ਫੜਦੀ ਹੈਗੀ ਆ, ਉਹ ਕਿਹੜੇ ਉੱਥੇ ਜਵਾਈਆਂ ਵਾਂਗੂ ਰੱਖਦੇ ਨੇ, ਉਹ ਤਾਂ ਉੱਥੇ ਕਸਾਈਆਂ ਵਾਂਗੂ ਰੱਖਦੇ ਹੈਗੇ ਨਾ ਜੀ। ਇਸ ਕਰਕੇ ਪੁਲਿਸ 'ਤੇ ਜਿਹੜੇ ਇਲਜ਼ਾਮ ਲੱਗਦੇ ਨੇ ਇਹ ਕੋਈ ਝੂਠੇ ਨਹੀਂ ਹੁੰਦੇ, ਲਗਭਗ ਸੱਚਾਈ ਹੁੰਦੀ ਆ। ਹੁਣ ਸਵਾਲ ਹੈ ਕਿ ਲੁਧਿਆਣੇ ਵਾਲਿਆਂ ਨੇ ਤਾਂ ਉਦੋਂ ਆਪਣਾ ਸਪਸ਼ਟੀਕਰਨ ਦੇ ਦਿੱਤਾ, ਬਾਕੀਆਂ ਨੇ ਦਿੱਤਾ ਨਹੀਂ ਹੈਗਾ। ਹੁਣ ਇਹ ਜਿਹੜਾ ਮਸਲਾ ਹੈਗਾ, ਉਹਨਾਂ ਜੋ ਵੀ ਕੁਝ ਕਿਹਾ ਹੈਗਾ, ਇਹ ਤਾਂ ਹੁਣ ਲੋਕਾਂ ਯਕੀਨ ਕਰਦੇ ਕਿ ਲੈ, ਇੱਕ ਗੱਲ ਹੈ ਕਿ ਪੁਲਿਸ ਦੀ ਰੈਪੂਟੇਸ਼ਨ ਵੀ ਤਾਂ ਇੱਦਾਂ ਦੀ ਹੋ ਗਈ ਨਾ, ਚਾਹੇ ਤੁਹਾਨੂੰ ਉੱਥੇ ਜਵਾਈਆਂ ਵਾਂਗ ਹੀ ਰੱਖਿਆ ਹੋਵੇ, ਲੋਕ ਤਾਂ ਵੀ ਕਹਿੰਦੇ ਨੇ ਯਾਰ ਕੁੱਟਿਆ ਤਾਂ ਮਾਰ, ਥਰਡ ਡਿਗਰੀ ਟੋਰਚਰ ਤਾਂ ਕਹਿ, ਕਿਉਂਕਿ ਅੱਜ ਕੱਲ੍ਹ ਥਰਡ ਡਿਗਰੀ ਟੋਰਚਰ ਕਰਨ ਦੇ ਤਰੀਕੇ ਹੀ ਹੋਰ ਹੈ। ਹਾਈ ਕੋਰਟ, ਸੁਪਰੀਮ ਕੋਰਟ 100 ਵਾਰੀ ਕਹਿ ਕੇ ਥੱਕ ਗਈ ਹੈਗੀ ਹੈ ਕਿ ਸਾਨੂੰ CCTV ਕੈਮਰੇ ਲੱਗਣ, ਕੌਣ ਲਾਉਂਦਾ ਉੱਥੇ? ਭਾਵੇਂ ਬੈਰਕ ਦੇ ਵਿੱਚ CCTV ਕੈਮਰੇ ਲਾ ਜਾਓ। ਅੱਜ ਕੱਲ੍ਹ ਪੁਲਿਸ ਵਾਲਿਆਂ ਨੇ ਕੀ ਹੈ, ਪ੍ਰਾਈਵੇਟ ਕੋਠੀਆਂ ਦੇ ਵਿੱਚ CI ਵਾਲਿਆਂ ਦੇ ਅੱਡੇ ਬਣਾਏ ਹੈਗੇ ਨੇ, ਬਗਾਨੀਆਂ ਕੋਠੀਆਂ ਦੇ ਵਿੱਚ ਲੈ ਕੇ ਚਲੇ ਜਾਂਦੇ, ਉੱਥੇ ਕੁੱਟਮਾਰ ਕਰਦੇ ਹੈਗੇ ਨੇ। ਥਾਣਿਆਂ ਦੇ ਵਿੱਚ ਤਾਂ ਕੁੱਟਮਾਰ ਸ਼ਾਇਦ ਹੁੰਦੀ ਨਾ ਹੋਵੇ, ਨਾਲੇ ਮੂੰਹ 'ਤੇ ਪੱਟੀ ਬਣਤੀ ਆ ਗਈ, ਬੋਰਾ ਪਾਤਾ, ਜੋ ਮਰਜ਼ੀ ਕਿਸੇ ਨੂੰ ਕੀ ਪਤਾ ਕੌਣ ਕੁੱਟੀ ਜਾ ਰਿਹਾ ਨਾ। ਇਹ ਜਿਹੜੇ ਸਵਾਲ ਹੈ, ਲੇਕਿਨ ਇਹ ਮਸਲਾ ਹੈ ਕਿ ਜਿਹੜਾ ਪੁਲਿਸ ਨੇ ਉੱਦਣ ਕਿਹਾ, ਜਿਹੜਾ ਕੋਟ ਦੁਨੇ ਦੇ ਵਿੱਚ ਇਕੱਠ ਹੋਇਆ, ਇਹ ਆ ਕਿ ਭਾਨਾ ਸਿੱਧੂ ਨੂੰ ਤਾਂ ਤੁਸੀਂ ਰਿਲੀਜ਼ ਕਰਤਾ, ਕਿਉਂਕਿ ਲੋਕਾਂ ਦਾ ਪਬਲਿਕ ਪਰਸੈਪਸ਼ਨ ਬਣ ਗਈ, ਲੋਕ ਸਰਕਾਰ ਨੂੰ ਵੀ ਫੀਡਬੈਕ ਗਈ ਹੋ ਗਈ ਇੰਟੈਲੀਜੈਂਸ ਤੋਂ ਕਿ ਸਿਰ 'ਤੇ ਲੋਕ ਸਭਾ ਚੋਣਾਂ ਵਾ, ਤੁਹਾਡੇ ਜਿਹੜੇ ਵਾਜੇ ਨਾ ਖਰਾਬ ਹੋ ਜਾਣੇ, ਵਿਗੜ ਜਾਣੇ ਹੈਗੇ ਨੇ, ਇਹਨਾਂ ਵਾਜਿਆਂ 'ਚੋਂ ਫਿਰ ਹਵਾ ਨਾ ਨਿਕਲੇ ਹੈਗੇ ਨਾ, ਵੀ ਸੰਗਰੂਰ, ਬਰਨਾਲਾ, ਬਠਿੰਡਾ, ਇਹ ਜਿਹੜੀ ਬੈਲਟ ਆ, ਅਤੇ ਇਹਦਾ ਅਸਰ ਫਿਰ ਬਾਕੀ 'ਚ ਵੀ ਜਾਏਗਾ, ਲੋਕ ਸਭਾ ਸਿਰ 'ਤੇ ਤੁਹਾਡਾ ਨੁਕਸਾਨ ਹੋਊਗਾ। ਇਸ ਕਰਕੇ ਉਹ ਇਕੱਠ ਵੇਖ ਕੇ, ਪਹਿਲਾਂ ਤਾਂ ਹੋਊਗਾ ਨਾ ਪੁਲਿਸ ਨੂੰ ਭੁਲੇਖਾ ਹੋਊਗਾ, ਯਾਰ ਭਾਨਾ ਸਿੱਧੂ ਕੌਣ ਆ, ਭਾਨਾ ਸਿੱਧੂ ਠੀਕ ਆ, ਰੌਲਾ ਪਾਉਂਦਾ ਰਹਿੰਦਾ, ਉਹਨਾਂ ਨਾਲ ਲੜਦਾ ਰਹਿੰਦਾ ਹੈਗਾ, ਲੋਕਾਂ ਦੇ ਪੈਸੇ ਵੜਾਉਂਦਾ ਰਹਿੰਦਾ। ਪੁਲਿਸ ਨੂੰ ਅਤੇ ਸਰਕਾਰ ਨੂੰ ਇਹ ਕਿਸੇ ਇੰਨੀ ਅੰਦਾਜ਼ਾ ਨਹੀਂ ਸੀ ਕਿ ਇਕੱਠ ਹੋ ਜਾਊਗਾ। ਉਹਨਾਂ ਦਾ ਇਰਾਦਾ ਕਿ ਐਡੇ ਵੱਡੇ ਵੱਡੇ ਪੋਲੀਟੀਸ਼ੀਅਨ ਫੜੇ ਗਏ ਨੇ, ਉਹਨਾਂ ਪਿੱਛੇ ਤਾਂ ਕੋਈ ਇਕੱਠ ਹੋਇਆ ਨਹੀਂ, ਇਹਦੇ ਪਿੱਛੇ ਕਿਹੜ ਹੋ ਜਾਣਾ ਭਾਨਾ ਸਿੱਧੂ ਨੂੰ? ਕੋਲ ਪਿੰਡੋਂ ਬਾਹਰ ਕੋਈ ਜਾਣਦਾ ਨਾ, ਹਾਂ ਸੋਸ਼ਲ ਮੀਡੀਆ 'ਤੇ ਜਾਣਨ ਵਾਲੇ ਲੋਕ ਆ, ਉਹ ਭਾਂਤ ਭਾਂਤ ਦੇ ਲੋਕ ਆ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ ਹੈਗਾ। ਸਰਕਾਰ ਸ਼ਾਇਦ ਉਸ ਭੁਲੇਖੇ ਦੇ ਵਿੱਚ ਮਾਰੀ ਗਈ ਆ, ਜਦੋਂ ਇਕੱਠ ਹੋ ਗਿਆ ਵੱਡਾ, ਸਰਕਾਰ ਨੂੰ ਪਹੁੰਚਲੀ ਪਏਗਾ। ਸਰਕਾਰ ਦੇ ਜਿਹੜੇ ਪੁਲਿਸ ਅਫਸਰਾਂ ਨੇ, ਬਰਨਾਲਾ ਪੁਲਿਸ ਨੇ ਰਹਿੰਦੀ ਖੁੰਦੀ ਕਰਤੂਤ ਹੋਰ ਕਰਤੀ ਕਿ ਉਹਦੀਆਂ ਭੈਣਾਂ 'ਤੇ ਕੇਸ ਰਜਿਸਟਰਡ ਕਰਤਾ। ਹੁਣ ਚਾਹੀਦਾ ਕਿ ਪਹਿਲਾਂ ਭੈਣਾਂ 'ਤੇ ਜਿਹੜਾ ਕੇਸ ਰਜਿਸਟਰਡ ਉਹਨੂੰ ਕੈਂਸਲ ਕਰਦੇ ਹੈਗੇ। ਪਰ ਅੱਜ ਜਿਵੇਂ ਜਕਾਰੇ ਛੱਡੇ ਗਏ ਨੇ ਲੱਖਾ ਸਿੱਧਾਂ ਜਾਂ ਹੋਰ ਵੀ ਰੁਲਦੁਲ ਸਿੰਘ ਮਾਨਸਾ ਜਿਹੜੇ ਕਿਸਾਨ ਜਥੇਬੰਦੀਆਂ ਹੀ ਆ, ਇਹਦਾ ਮਤਲਬ ਕਿ ਜਦੋਂ ਲੋਕ ਇਕੱਠੇ ਹੁੰਦੇ ਨੇ ਤਾਂ ਸਰਕਾਰਾਂ ਝੁੱਕ ਜਾਂਦੀਆਂ ਨੇ। ਲੋਕਾਂ ਦੀ ਏਕਤਾ ਉਹ ਬੜੀ ਇੰਪੋਰਟੈਂਟ ਹੈ, ਜਦੋਂ ਏਕਤਾ ਹੁੰਦੀ ਨਾ
ਫਿਰ ਵੱਡੇ ਵੱਡਿਆਂ ਨੂੰ ਝੁਕਣਾ ਪੈਂਦਾ। ਕਿਸਾਨੀ ਅੰਦੋਲਨ ਦੇ ਵਿੱਚ ਵੀ ਬੀਜੇਪੀ ਵਾਲਿਆਂ ਦੇ ਧੌਣ ਦੇ ਵਿੱਚ ਕਿੱਲਾ ਸੀ, ਲੋਕਾਂ ਨੇ ਬੜੀ ਛੇਤੀ ਕੱਢ ਦਿੱਤਾ, ਹਾਲਾਂਕਿ ਟਾਈਮ ਲੱਗਿਆ ਲੇ ਕੱਢਿਆ ਬੜੀ ਜ਼ਬਰ ਤਾਂ। ਹੁਣ ਇੱਥੇ ਵੀ ਇਹ ਭੁਲੇਖਾ ਸੀ ਪੁਲਿਸ ਪ੍ਰਸ਼ਾਸਨ ਨੂੰ ਜਾਂ ਹੋਰਾਂ ਨੂੰ ਕਿ ਲੋਕਾਂ ਨੇ ਇਕੱਠੇ ਕੁੱਠੇ ਹੋਣਾ ਨਹੀਂ ਆ, ਪਰ ਲੋਕ ਸਮਝਦੇ ਆ ਕਿ ਧੱਕਾ ਹੋ ਗਿਆ। ਸਵਾਲ ਹੀ ਲੋਕ ਜੇ ਵਾਕਈ ਭਾਨੇ ਨੇ ਕੀਤਾ ਹੈ ਨਾ, ਇੱਕ ਇਹਨਾਂ ਨੂੰ ਇੱਕ ਐੱਸ ਆਈ ਟੀ ਬਣਾਉਣੀ ਚਾਹੀਦੀ ਸੀ, ਪਹਿਲਾਂ ਜਾਂਚ ਕਰਨੀ ਚਾਹੀਦੀ ਸੀ, ਅਤੇ ਸ਼ਿਕਾਇਤ ਕਰਤੇ ਜਿਹੜਾ ਲੋਕ ਸੀ ਉਹ ਕਿੰਨੇ ਕੁ ਇਮਾਨਦਾਰ ਨੇ, ਕਿੰਨੇ ਕੁ ਬੇਈਮਾਨ ਨੇ, ਕੀ ਉਹ ਵਾਕਈ ਗੋਰਖ ਧੰਦਾ ਕਰ ਰਹੇ ਨੇ ਜਾਂ ਲੋਕਾਂ ਨੂੰ ਬਾਹਰ ਇੱਕ ਨੰਬਰ 'ਚ ਭੇਜ ਰਹੇ ਨੇ, ਉਹਨਾਂ ਨੇ ਕੋਈ ਠੱਗੀ ਨਹੀਂ ਮਾਰੀ। ਅਗਰ ਉਹਨਾਂ ਦੇ ਖਿਲਾਫ਼ ਵੀ ਪਰਚੇ ਦਰਜ ਹੁੰਦੇ ਤਾਂ ਫਿਰ ਭਾਨੇ ਸਿੱਧੂ ਦੇ ਨਾਲ ਕਿਸੇ ਨੇ ਨਹੀਂ ਖੜਾ ਹੋਣਾ ਸੀ ਵੀ ਹਾਂ ਪੁਲਿਸ ਨੇ ਬਰਾਬਰ ਕੀਤਾ। ਜੇ ਭਾਨੇ 'ਤੇ 4 ਕੀਤੇ ਤਾਂ 40 ਪਰਚੇ ਇਮੀਗ੍ਰੇਸ਼ਨ ਵਾਲਿਆਂ ਦੇ ਵੀ ਕੀਤੇ ਜਿਨ੍ਹਾਂ ਨੇ ਭਾਨੇ ਸਿੱਧੂ ਦੇ ਖਿਲਾਫ਼ ਸ਼ਿਕਾਇਤਾਂ ਦਰਜ ਕੀਤੀਆਂ। ਘੱਟੋ ਘੱਟ ਉਹਨਾਂ ਦਾ ਕਰੈਕਟਰ ਤਾਂ ਪੁਲਿਸ ਚੈੱਕ ਕਰ ਲੈਂਦੀ। ਉਹ ਲੁਧਿਆਣਾ ਪੁਲਿਸ ਨੂੰ ਚਾਹੀਦਾ, ਉਹ ਮੋਹਾਲੀ ਪੁਲਿਸ ਨੂੰ ਚਾਹੀਦਾ, ਅਬੋਹਰ ਪੁਲਿਸ ਨੂੰ ਚਾਹੀਦਾ, ਪਟਿਆਲੇ ਨੂੰ ਚਾਹੀਦਾ। ਪਟਿਆਲੇ ਵਾਲਿਆਂ ਦੇ ਜ਼ਿਆਦਾ ਹੀ ਕਰ ਦਿੱਤਾ ਕਿ ਚੈਨੀ ਚੋਰ ਹੈ, ਹਾਲੇ ਤੱਕ ਜਿਹਦੀ ਚੈਨੀ ਹੋਈ ਹੈ ਬੰਦਾ ਲੱਭ ਗਿਆ ਗਾ। ਉਹ ਬੰਦਾ ਕਿਹੜਾ, ਕਿੰਨੇ ਸ਼ਿਕਾਇਤ ਕੀਤੀ ਆ, ਕਿਹੜਾ ਅੱਜ ਦੀ ਤਰੀਕ ਦੇ ਵਿੱਚ ਯਾਰ ਸੋਨੇ ਦੇ ਵਿੱਚ ਚੈਨੀਆਂ ਪਾ ਕੇ ਘੁੰਮਦਾ ਹੈਗਾ। ਮੈਂ ਤਾਂ ਨਹੀਂ ਦੇਖਿਆ, ਜਿਸ ਹਿਸਾਬ ਦੇ ਨਾਲ ਕਾਨੂੰਨ ਵਿਵਸਥਾ ਵਿਗੜੀ ਹੋਈ ਆ, ਲੋਕ ਤੇ 5,000 ਦਾ ਮੋਬਾਈਲ ਖੋ ਕੇ ਭੱਜ ਜਾਂਦੇ ਨੇ, ਤੁਹਾਡੇ ਪਰਸ 'ਚੋਂ 50 ਰੁਪਈਏ ਕਢਾ ਲੈਂਦੇ, ਅਤੇ ਅੱਜ ਕੱਲ੍ਹ ਜਿਹੜੀ ਚੈਨੀ ਨਾ ਜੇ ਤੋਲੇ ਦੀ ਵੀ ਹੈਗੀ ਉਹ 70,000 ਦੀ ਬਣਦੀ ਹੈਗੀ ਆ, 60-62,000 ਨੂੰ ਤਾਂ ਤੋਲਾ ਵਾ ਸੋਨੇ ਦਾ, ਅਤੇ ਕਿਹੜਾ ਮਾਈ ਦਾ ਲਾਲ ਵਾ ਜਿਹੜਾ ਚੈਨੀ 'ਚੋਂ ਪਾਈ ਜਾਂਦਾ ਹੈਗਾ। ਕੋਈ ਦੇਖਿਆ ਕਿਨੇ ਪਹਿਲਾਂ ਲੋਕਾਂ ਨੂੰ ਸ਼ੌਂਕ ਦੇ ਕੈਂਠਾ ਪਾ ਲਿਆ, ਹੱਥ 'ਚ ਕੜਾ ਪਾ ਲਿਆ, ਚੈਨੀ ਪਾ ਲਈ। ਹੁਣ ਤਾਂ ਜਿਹੜੀਆਂ ਬੁੜੀਆਂ ਆਈਆਂ ਉਹ ਟੋਪਸ ਨਹੀਂ ਪਾਉਂਦੀਆਂ ਕਿ ਪਤਾ ਕਿਹੜੇ ਵੇਲੇ ਕਿਸੇ ਕੰਨ 'ਚ ਰੋੜ ਕੇ ਲੈ ਜਾਣਾ ਹੈਗਾ। ਇਹ ਜਿਹੜੇ ਡਰਾਮਾ ਪੁਲਿਸ ਦੀ ਨਾਟਕਬਾਜ਼ੀ ਡਰਾਮੇਬਾਜ਼ੀ ਉਹਦਾ ਪਰਦਾ ਫਾਸ਼ ਹੋ ਗਿਆ, ਇਸ ਕਰਕੇ ਪੁਲਿਸ ਨੂੰ ਯੂ ਟਰਨ ਵਾਲਾ ਪਿਆ, ਸਰਕਾਰ ਦੀ ਕਿਰਕਰੀ ਹੋਈ ਆ ਪੁਲਿਸ ਵਾਲੇ ਅਫਸਰਾਂ ਕਰਕੇ ਹੋਈ ਆ। ਹਾਲਾਂਕਿ ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਸਖ਼ਤ ਹੋਣੀ ਚਾਹੀਦੀ ਹੈਗੀ ਆ, ਪਰ ਅੱਜ ਇਵੇਂ ਇੱਕ ਪੰਜਾਬ 'ਚ ਇੱਕ ਮੈਸੇਜ ਪਹੁੰਚ ਗਿਆ ਜਾਂ ਇਹ ਲੱਗਦਾ ਕਿ ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਸਿਖਾ ਦਿੱਤਾ ਹੈਗਾ ਕਿ ਇਹ ਅਨੇਕਤਾ ਵਿੱਚ ਹੀ ਏਕਤਾ, ਅਤੇ ਇਸ ਕਰਕੇ ਅੱਜ ਭਾਨਾ ਸਿੱਧੂ ਜਾਂ ਪਰਮਿੰਦਰ ਸਿੰਘ ਝੋਟੇ ਦਾ ਸਵਾਲ ਜਾਂ ਭਾਨਾ ਸਿੱਧੂ ਦਾ, ਕੱਲ੍ਹ ਨੂੰ ਕਿਸੇ ਹੋਰ 'ਤੇ ਬਿਪਤਾ ਪੈਂਦੀ ਹੈਗੀ ਆ ਅਤੇ ਲੋਕ ਇਕੱਠੇ ਹੋ ਸਕਦੇ ਨੇ। ਹਾਂ ਜੇ ਕੋਈ ਬੰਦਾ ਮਾੜਾ ਹੈਗਾ ਤਾਂ ਠੀਕ ਹੈ, ਉਹਦੇ ਪਿੱਛੇ ਲੋਕ ਇਕੱਠੇ ਨਹੀਂ ਹੁੰਦੇ। ਹੁਣ ਪਰਮਿੰਦਰ ਝੋਟੇ ਦਾ ਕੀ ਕਸੂਰ ਸੀ, ਕਿਉਂਕਿ ਉਹ ਨਸ਼ੇ ਤੋਂ ਖੁਦ ਪੀੜਤ ਸੀ, ਉਹਨੇ ਕਿਹਾ ਕਿ ਮੈਂ ਤਾਂ ਤਬਾਹ ਹੋਇਆ, ਕਿਸੇ ਹੋਰ ਦਾ ਪੁੱਤ ਤਬਾਹ, ਮਾਂ ਦਾ ਪੁੱਤ ਤਬਾਹ ਨਾ ਮੈਂ ਉਹਨੇ ਲੋ ਪੁਲਿਸ ਨੇ ਕੁਝ ਕਾਰਵਾਈ ਨਹੀਂ ਕੀਤੀ, ਕਿਉਂਕਿ ਪੁਲਿਸ ਵਾਲਿਆਂ ਦਾ ਮਹੀਨਾ ਬੱਝਿਆ ਸੀ। ਠੀਕ ਹੈ, ਉਹਨੇ ਐਕਸ਼ਨ ਕੀਤਾ ਹੈਗਾ ਅਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਦਿੱਤਾ ਹੈਗਾ। ਲੱਖੇ ਸਦਾਣੇ 'ਤੇ ਵੀ ਮੁਕੱਦਮਾ, ਲੱਖੇ ਸਦਾਣੇ ਵੀ ਕੱਟ ਕੀਤਾ ਅਤੇ ਉਹਨਾਂ ਨੂੰ ਪਰਚਾ ਬੈਕਫੁੱਟ 'ਤੇ ਆਉਣਾ ਪਿਆ। ਇਸ ਕਰਕੇ ਮੈਨੂੰ ਲੱਗਦਾ ਕਿ ਚੰਗੀ ਗੱਲ ਆ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਇਕੱਠੇ ਹੋਣਾ ਸਿੱਖ ਲਿਆ ਹੈਗਾ, ਕਿਸਾਨੀ ਅੰਦੋਲਨ ਨੇ ਬੜਾ ਕੁਝ ਸਿਖਾ ਦਿੱਤਾ ਹੈਗਾ ਕਿ ਜੇ ਸਰਕਾਰਾਂ ਧੱਕੇ ਕਰਦੀਆਂ ਨੇ ਅਤੇ ਸਰਕਾਰਾਂ ਦੀ ਧੱਕੇਸ਼ਾਹੀ 'ਤੇ, ਅਗਰ ਸਿਸਟਮ ਦੀ ਧੱਕੇਸ਼ਾਹੀ 'ਤੇ ਅਗਰ ਇਕੱਠੇ ਹੋ ਜਾਓਗੇ ਅਤੇ ਬਚ ਜਾਓਗੇ, ਨਹੀਂ ਤਾਂ ਟੰਗੇ ਜਾਓਗੇ। ਅਤੇ ਇਸ ਕਰਕੇ ਹੁਣ ਜਿਹੜੇ 4 ਮੁਕੱਦਮੇ ਦਰਜ ਹੋਏ, 5ਵਾਂ ਉਹਨਾਂ ਦੇ ਪਿਤਾ 'ਤੇ ਔਰ ਭੈਣਾਂ 'ਤੇ ਮੁਕੱਦਮਾ ਦਰਜ ਹੋਇਆ, ਪੁਲਿਸ ਨੂੰ ਚਾਹੀਦਾ ਜਾਂ ਸਰਕਾਰ ਨੂੰ ਚਾਹੀਦਾ ਇਸ 'ਤੇ ਵੀ ਤੁਰੰਤ ਐਕਸ਼ਨ ਲੈਣਾ ਚਾਹੀਦਾ। ਜਿਨ੍ਹਾਂ ਨੇ ਪਰਚੇ ਦਰਜ ਕਰਵਾਏ ਨੇ ਘੱਟੋ ਘੱਟ ਉਹਨਾਂ ਦੀ ਪੜਚੋਲ ਹੁਣ ਤੱਕ ਕਿਉਂ ਨਹੀਂ ਦਿੱਤੀ ਹੈਗੀ? ਨਾ ਮੋਹਾਲੀ ਪੁਲਿਸ ਨੇ ਦੱਸਿਆ ਕਿ ਇਮੀਗ੍ਰੇਸ਼ਨ ਵਾਲਾ ਕਿੰਨਾ ਕੁ ਬੰਦਾ ਸੱਚਾ ਹੈ, ਨਾ ਪਟਿਆਲਾ ਪੁਲਿਸ ਨੇ ਦੱਸਿਆ ਕਿ ਜਿਹਨਾਂ ਦੀ ਚੈਨੀ ਚੋਰੀ ਕੀਤੀ ਉਹ ਕੌਣ ਆ, ਅਬੋਹਰ ਪੁਲਿਸ ਦੇ ਵਿੱਚ ਕਿਹੜਾ ਇਮੀਗ੍ਰੇਸ਼ਨ ਸੀ ਜਾਂ ਲੁਧਿਆਣੇ ਵਾਲੇ ਜਿਹੜੀ ਜਨਾਨੀ ਨੇ ਸ਼ਿਕਾਇਤ ਦਰਜ ਕਿ ਘੱਟੋ ਘੱਟ ਉਹਨਾਂ ਬਾਰੇ ਵੀ ਤਾਂ ਦੱਸਿਆ ਜਾਵੇ ਕਿ ਉਹਨਾਂ ਦਾ ਪਿਛੋਕੜ ਕੀ ਹੈ, ਉਹਨਾਂ ਨੇ ਕਿੰਨੇ ਲੋਕਾਂ ਨਾਲ ਠੱਗੀਆਂ ਮਾਰੀਆਂ, ਕਿੰਨੇ ਉਹਨਾਂ ਦੇ ਖਿਲਾਫ਼ ਮੁਕੱਦਮੇ ਦਰਜ ਹੋਏ, ਮੁਕੱਦਮੇ ਤਾਂ ਹੁਣੇ ਨਹੀਂ ਦਰਜ ਕਿਉਂਕਿ ਮਹੀਨਾ ਬੱਝਿਆ ਹੈਗਾ, ਕਿੰਨੀਆਂ ਸ਼ਿਕਾਇਤਾਂ ਆਈਆਂ ਲੋਕਾਂ ਦੀਆਂ ਇਹ ਉਹਨਾਂ ਉਹ ਵੀ ਦੱਸੋ ਨਾ, ਤਾਂ ਫਿਰ ਕਹਾਂਗੇ ਹਾਂ ਸਿਸਟਮ ਜਿਹੜਾ ਬੈਲੈਂਸ ਹੈ। ਪਰ ਜੇ ਸਿਰਫ ਤੇ ਸਿਰਫ ਧੱਕੇਸ਼ਾਹੀ ਆ ਤਾਂ ਧੱਕੇਸ਼ਾਹੀ ਦੇ ਖਿਲਾਫ਼ ਲੋਕ ਇਕੱਠੇ ਹੋ ਗਏ ਨੇ, ਭਾਵੇਂ ਜਿੱਤ ਤਾਂ ਕਿਹਾ ਹੀ ਜਾ ਸਕਦਾ
ਚਾਹੇ ਉਹ ਕਹਿੰਦੇ ਕਿ ਮੇਰੇ ਨਾਲ ਬਹੁਤ ਕੁਝ ਮਾੜਾ ਕੀਤਾ ਹੈਗਾ, ਤੇ ਪਰ ਇਹ ਲੋਕਾਂ ਦੀ ਆਵਾਜ਼, ਲੋਕਾਂ ਦਾ ਇਕੱਠਾ ਹੋਣਾ ਮੈਨੂੰ ਲੱਗਦਾ ਕਿ ਚੰਗੀ ਗੱਲ ਹੈਗੀ ਹੈ ਕਿ ਸਿਸਟਮ ਦੇ ਵਿੱਚ ਜੇ ਆਪਣੇ ਆਪ ਨੂੰ ਜੀਵਿਤ ਰੱਖਣਾ ਹੈਗਾ, ਲੋਕ ਕਦਰਾਂ ਕੀਮਤਾਂ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣਾ, ਇਹ ਨਹੀਂ ਹੈ ਕਿ ਸਿਰਫ ਅਸੀਂ ਵੋਟਾਂ ਵੇਲੇ ਹੀ ਸਾਨੂੰ ਯਾਦ ਆਉਂਦਾ ਕਿ ਇਹਦੀ ਧੌਣ ਚੋਂ ਕਿੱਲਾ ਕੱਢਣਾ ਜਾਂ ਇਹਦੀ ਆਕੜ ਭੰਨਣੀ ਹੈਗੀ ਆ। ਅਸੀਂ ਇਕੱਠੇ ਹੋ ਕੇ ਪਹਿਲਾਂ ਵੀ ਧੌਣ 'ਚ ਕਿੱਲਾ ਕੱਢ ਸਕਦੇ ਹਾਂ, ਪਹਿਲਾਂ ਵੀ ਆਕੜ ਭੰਨ ਸਕਦੇ ਹੈਗੇ ਹਾਂ। ਸਿਰਫ ਇਹ ਨਹੀਂ ਕਿ 5 ਸਾਲ ਦਾ ਇੰਤਜ਼ਾਰ ਕਰੀਏ ਕਿ ਜਦੋਂ ਲੋਕ ਸਭਾ ਚੋਣਾਂ ਆਉਣਗੀਆਂ ਜਾਂ ਵਿਧਾਨ ਸਭਾ ਚੋਣਾਂ ਆ ਉਦੋਂ ਅਸੀਂ ਧੌਣ 'ਚੋਂ ਕਿੱਲਾ ਕੱਢਾਂਗੇ। ਪਹਿਲਾਂ ਵੀ ਬੜੇ ਮੌਕੇ ਆਉਂਦੇ, ਜਦੋਂ ਜਦੋਂ ਲੋਕਾਂ ਦੇ ਵਿੱਚ ਏਕਤਾ ਰਹੇਗੀ, ਸਰਕਾਰਾਂ ਦੀ ਧੌਣ ਆਪੇ ਸਿੱਧੀਆਂ ਰਹਿਣੀਆਂ, ਫਿਰ ਕਿਸੇ ਦੀ ਧੌਣ ਦੇ ਵਿੱਚ ਕਿੱਲਾ ਨਹੀਂ ਰਹਿਣਾ ਅਤੇ ਕਿਸੇ ਦੀ ਆਕੜ ਨਹੀਂ ਇੰਨੀ ਹੋਣੀ, ਕਿਉਂਕਿ ਫਿਰ ਛੇਤੀ ਜਿਹੜਾ ਨਸ਼ਾ ਉੱਤਰ ਜਾਂਦਾ ਹੈਗਾ ਸੱਤਾ ਦਾ। ਅਤੇ ਇਸ ਕਰਕੇ ਇਹ ਦੇਸ਼ ਦੇ ਵਿੱਚ ਮਣੀਪੁਰ ਵਾਲੇ ਲੋਕ ਵੀ ਲੜ ਰਹੇ ਹੈਗੇ ਨੇ, ਬੰਗਾਲ ਵਾਲੇ ਵੀ ਲੜ ਰਹੇ ਨੇ, ਹੋਰਨਾਂ ਸੂਬਿਆਂ ਦੇ ਵਿੱਚ ਵੀ ਲੋਕ ਲੜ ਰਹੇ ਹੈਗੇ ਨੇ, ਅਤੇ ਜਿਹੜੇ ਸੰਘਰਸ਼ੀ ਲੋਕ ਹੁੰਦੇ ਨੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਲੜਦੇ ਰਹਿਣਾ ਚਾਹੀਦਾ ਹੈਗਾ, ਔਰ ਸਰਕਾਰਾਂ ਨੂੰ ਇੱਦਾਂ ਹੀ ਗੋਡੇ ਭਾਰ ਕਰਨਾ ਚਾਹੀਦਾ ਹੈਗਾ।